ਓਕੇ ਰਿਲੈਕਸ 60 ਲਗਾਂ ਗੰਦੇ 6 ਘੰਟੇ ਦੇ ਅੰਦਰ ਜੇ ਟ੍ਰੀਟਮੈਂਟ ਸ਼ੁਰੂ ਹੋ ਜਾਏ ਤਾਂ ਪੇਸ਼ੈਂਟ ਦੀਆਂ ਅੱਖਾਂ ਬਚਾਈਆਂ ਜਾ ਸਕਦੀਆਂ ਤੁਸੀਂ ਉਸ ਵੇਲੇ ਕਿਉਂ ਨਹੀਂ ਲੈ ਕੇ ਆਏ ਇਹਨਾਂ ਨੂੰ ਉਦੋਂ ਤਾਂ ਅਸੀਂ ਆਪ दारू ਪੀ ਕੇ ਚੰਨ ਤੇ ਚੜੇ ਹੋਏ ਸੀਗੇ ਜੀ ਸਾਨੂੰ ਕੀ ਪਤਾ ਸੀ ਤੜਕੇ ਨੂੰ ਇਹ ਚੰਦ ਚੜਾ ਤੂ ਡਾਕਟਰ ਸਾਹਿਬ ਅਸੀਂ ਲੇਟ ਤੇ ਹੈਗੇ ਆ ਪਰ ਤੁਸੀਂ ਕੋਈ ਇਹਦੀ ਇੱਕ ਅੱਧੀ ਅੱਖ ਹੀ ਠੀਕ ਕਰ ਦੋ ਵਿਚਾਰਾ ਕਾਣਾ ਹੀ ਤੁਰਿਆ ਫਿਰੂ ਸਾਡੇ ਚ ਕਿਸੇ ਜਾਨਵਰ ਦੀ ਨਹੀਂ ਫਿੱਟ ਹੁੰਦੀ ਜੀ ਕੋਈ ਬਿੱਲੀ ਬਿੱਲੀ ਆ ਮਾਰ ਲਿਆਉਨੇ ਆ ਆਹਾਂ ਬੱਤਵਾ ਸਾਡਾ ਯਾਰ ਬਿੱਲੀਆਂ ਅੱਖਾਂ ਨਾਲ ਹੀ ਹੋ ਜਾਏਗਾ ਦਿਸੇਗਾ ਤੇ ਸਹੀ ਉਹਨੂੰ ਹਾਂਜੀ ਦੇਖੋ ਮੈਂ ਨਾ 2 ਦਿਨ ਦੀ ਦਵਾਈ ਲਿਖ ਕੇ ਦੇ ਰਿਆਂ ਉਹ ਤੁਸੀਂ ਦੇ ਕੇ ਦੇਖ ਲਓ ਜੇ ਕੋਈ ਅਸਰ ਪੈਂਦਾ ਜੇ ਇਹਨਾਂ ਜ਼ਿਆਦਾ ਦੱਬੀ ਐ ਫੇਰ ਮੈਂ ਕੋਈ ਗਰੰਟੀ ਨਹੀਂ ਲੈ ਸਕਦਾ ਉਹ ਹੈ ਨਹੀਂ ਉਹ ਸੁੱਕੀ ਉਹ ਪਰਮਾਤਮਾਗੇ ਅਰਦਾਸ ਕਰੋ ਨਸ ਨਾ ਦੱਬੀ ਹੋਵੇ ਨਹੀਂ ਤੇ ਮੇਰੇ ਬਿਆਲ ਸਾਰੇ ਰਮਾਂਦ ਬਕੇ ਰਹਿ ਜਾਣੇ ਨੇ ਆ ਪ੍ਰਗਟ ਹੌਸਲਾ ਰੱਖ ਯਾਰ ਹਾਂ ਹੌਸਲੇ ਨੂੰ ਹੁਣ ਵੱਡੂ ਚ ਰੱਖਾਂ ਉਹ ਤੁਸੀਂ ਮੇਰੇ ਪਿਓ ਨੂੰ ਨਹੀਂ ਜਾਣਦੇ ਮੈਂ ਸਾਰੀ ਉਮਰ ਚ ਇੰਨੇ ਕੰਮ ਕੀਤੇ ਜਿੰਨੇ ਉਹਨੇ ਮੈਨੂੰ ਵਿਆਹ ਦੇ ਗਣਾਤੇ ਜੇ ਕਿਤੇ 19 ਕੀ ਹੋਗੀ ਨਾ ਮੈਂ ਫੜੇ ਜਾਣਾ ਤੂੰ ਐ ਕਰ 2-4 ਦਿਨ ਬਾਹਰ ਲਾ ਆ ਜਦੋਂ ਠੀਕ ਹੋ ਗਿਆ ਘਰ ਆ ਜੀ ਆ ਗੱਲ ਸਹੀ ਹੈ ਹਣੀ ਤੁਸੀਂ ਐ ਕਰੋ ਸਭ ਤੋਂ ਪਹਿਲਾਂ ਮੈਨੂੰ ਘਰੇ ਛੱਡੋ ਫਿਰ ਮੈਂ ਆਪਣੇ ਡੈਡੀ ਨੂੰ ਕੋਈ ਵਧੀਆ ਜਵਾਨਾ ਛੱਡਦਾ